اللهم إنا ذنوبنا قد ألمت وجلت أنت أعظم منها وأجل فاعفو لنا ما أنت أهله ولا تفعل بنا بولن دی کوشش کرنی ہے جشن بچپنے میں کلائے آئی در پہ قبضہ کر لیا جب جوانی آ گئی خیبر پہ قبضہ جب جوانی آ گئی خیبر پہ قبضہ کر لیا جرت بنتے اسد کے لال کی آ کے چپکے سے خدا کے گھر پہ قبضہ شکریہ مہربانی پڑھو صلوات محمد والے محمد دی پاک ذات صدق سے پہلے وہ گوہر کو آب دیتے ہیں بہار دور ہو پھر بھی گلاب دیتے ظہیر علم لدنی کا معجزہ یہ ہے کیڑا علی سوال سے پہلے جواب شکریہ وہ جائیں بسن وہ ویڑے بسن جتھے ذکر محمد و آل محمد بتائے جڑے حاضر ہو یا غیر حاضر ہیں کسی وجہ تو تشریف نہیں لیا سکے مولا انہاں نو اپنے حفظ و امان وچ رکھ میرا اللہ اساں خواب نشین جو کر رہے ہیں اے عادت نہیں عبادت ہے کسے دی دل ہزاری نہیں اجر رسالت ہے اس نو مودت فی القربا سمجھ کے اپنی بارگاہ چ مستجاب جڑا جشن دا اہتمام کیتا ہے شاہ صاحب نے میرا اللہ انہاں دی توفیقات دے وچ اضافہ فرما درود سارے فرماؤ سلوات جشن والی نہیں سی کوشش کرنی ہے نال نال چلتے ہو تاکہ جشن دی رونق دوبالا رہے پہلا لفظ آخر لگا علی کی ماں چلی آئی بولی بولی علی کی ماں چلی آئی یہ اچھا ہو گیا ورنہ ہوئے 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 جی شکریہ بہت مہربانی ورنہ ورنہ گئے علی کی ماں چلی آئی سوئے کعبہ یہ اچھا ہو گیا ورنہ اگر کچھ دیر ہو جاتی تو کعبہ خود چلا آتا شکریہ آپ کو صلوات محمد والے محمد کی پاک ذات سے ایک صلوات اور فرماؤ سرکار علی علیہ السلام تشریف لے کعبے دے وچ شاید تین دن انتظار تو بعد سرکار محمد مصطفیٰ تشریف لے تین دن سرکار علی علیہ السلام نے
ਅੱਖਾਂ ਹੀ ਨਹੀਂ ਖੋਲੀਆਂ। ਸ਼ੁਕਰੀਆ ਜੀ, ਇੰਤਜ਼ਾਰ ਕਰਦੇ ਰਹੇ, ਇੰਤਜ਼ਾਰ ਕਰਦੇ ਰਹੇ, ਜਿਹੜੇ ਦੇ ਸਰਕਾਰੇ ਮੁਹੰਮਦ ਮੁਸਤਫਾ ਤਸ਼ਰੀਫ ਲੈ, ਸਰਕਾਰੇ ਅਲੀ ਅਲੈਹਿ ਸਲਾਮ ਨੇ ਖੁਸ਼ਬੂਏ ਮੁਹੰਮਦ ਸੁੰਘ ਕੇ ਅੱਖਾਂ ਖੋਲ ਲਈਆਂ। ਸ਼ੁਕਰੀਆ, ਬਹੁਤ ਮਿਹਰਬਾਨੀ, ਸਰਕਾਰੇ ਮੁਹੰਮਦ ਮੁਸਤਫਾ ਨੇ ਇੰਜੇ ਹੱਥਾਂ ਤੇ ਚਾਇਆ। ਮੈਂ ਤੇ ਇੰਜੀ ਆਂਦਾ ਰਹਿਣਾ, ਵੀਰ ਨੇ ਵੀਰ ਨੂੰ ਚਾਇਆ, ਆਕਾ ਨੇ ਵਜ਼ੀਰ ਨੂੰ ਚਾਇਆ, ਨੂਰ ਨੇ ਨੂਰ ਨੂੰ ਚਾਇਆ, ਅੱਖਾਂ ਹੋਈਆਂ ਚਾਰ। ਸਰਕਾਰ ਫਰਮਾਇਆ, ਯਾ ਅਲੀ ਸੁਣਾ, ਮੌਲਾ ਹੁਕਮ ਫਰਮਾਓ ਕਿ ਸੁਣਾਵਾਂ, ਤੁਰੈਤ ਸੁਣਾਵਾਂ, ਜ਼ਬੂਰ ਸੁਣਾਵਾਂ, ਅੰਜੀਲ ਸੁਣਾਵਾਂ ਕਿ ਕੁਰਾਨ ਸੁਣਾਵਾਂ। ਅੱਲਾਹ ਅਕਬਰ। ਸਰਕਾਰ ਫਰਮਾਇਆ ਸਾਰਾ, ਥੋੜਾ ਥੋੜਾ। ਇੰਜੇ ਲੈ ਕੇ ਜਿਹੜੇ ਨੇ ਬਾਹਰ ਆ ਗਏ ਲੋਕ ਇਕੱਠੇ, ਅਬੂ ਜਹਿਲ ਵੀ ਆ ਗਿਆ। ਜਿਹੜੇ ਨੇ ਅਬੂ ਜਹਿਲ ਆਇਆ ਤੇ ਉਹਦਾ ਕੰਮ ਸੀ ਸੁਰਮਾ ਪਾਉਣਾ, ਸੁਰਮਾ ਬੱਚਿਆਂ ਨੂੰ ਪਾਉਂਦੇ ਸਨ ਤੇ ਨਾਲੇ ਪੈਸੇ ਲੈਂਦੇ ਸੀ। ਜਿਹੜੇ ਨੇ ਕਰੀਬ ਆਏ ਨਾ, ਆ ਕੇ ਆਖਣ ਲੱਗੇ ਮੈਂ ਸੁਰਮਾ ਪਾਉਣਾ ਹੈ। ਸਰਕਾਰ ਫਰਮਾਇਆ ਸੁਰਮਾ ਨਾ ਪਾ, ਪੈਸੇ ਲੈ ਲੈ, ਤੁਰ ਜਾ। ਇਸ਼ਾ ਜੀ, ਬੁੱਤਾਂ ਦੀ ਪੈਰਾਂ ਦੀ ਮਿੱਟੀ ਇਕੱਠੀ ਕਰਕੇ ਇਹ ਸੁਰਮਾ ਤਿਆਰ ਕਰਦਾ। ਹਰ ਨਵੇਂ ਆਉਣ ਵਾਲੇ ਬੱਚੇ ਦੀਆਂ ਅੱਖਾਂ ਚ ਪਾਉਂਦਾ ਜੀ, ਉਹਦੀਆਂ ਅੱਖਾਂ ਚ ਪਾਉਂਦਾ। ਕਿਹੜੀ ਗੱਲ ਏ, ਨਾਲੇ ਘੱਟਾ ਅੱਖਾਂ ਚ ਪਾ ਜਾਂਦਾ, ਨਾਲੇ ਪੈਸੇ ਲੈ ਜਾਂਦਾ। ਅੱਲਾਹ ਅਕਬਰ। ਇਹ ਸਾਖੀਆ ਪਾਉਣਾ ਉਨਵਾਨ ਮੈਂ ਰੱਖਿਆ ਹੈ ਕਿ ਮੌਲਾ ਅਲੀ ਦਾ ਹੈ ਕਾਬੇ ਚ ਜ਼ਹੂਰ ਹੋ ਗਿਆ, ਮੌਲਾ ਅਲੀ ਦਾ ਹੈ ਕਾਬੇ ਚ ਜ਼ਹੂਰ ਹੋ ਗਿਆ, ਮੌਲਾ ਅਲੀ ਦਾ ਹੈ ਕਾਬੇ ਚ ਜ਼ਹੂਰ ਹੋ ਗਿਆ। ਤਾਈਓ ਜਗ ਰਜ ਸਾਰਾ ਨੂਰੋ ਨੂਰ ਹੋ ਗਿਆ, ਮੌਲਾ ਅਲੀ ਦਾ ਹੈ ਕਾਬੇ ਚ ਜ਼ਹੂਰ ਹੋ ਗਿਆ। ਸਲਵਾਤ ਉਸ ਆਖਿਆ ਮੈਂ ਸੁਰਮਾ ਪਾਉਣਾ ਹੈ, ਸਰਕਾਰ ਫਰਮਾਇਆ ਨਾ ਪਾ। ਅਦਰ ਰਸਮ ਹੈ, ਜ਼ਰੂਰ ਪੂਰੀ ਕਰਨੀ ਹੈ। ਸਰਕਾਰ ਫਰਮਾਇਆ ਜੇ ਪਾਉਂਦਾ ਹੀ ਤੇ ਪਾ ਲੈ। ਉਹ ਅੱਗੇ ਵਧਿਆ, ਮੈਂ ਤੇ ਇੰਜ ਆਉਂਦਾ ਰਹਿਣਾ, ਉਧਰੋਂ ਸੁਰਮੇ ਵਾਲਾ ਹੱਥ ਵਧਿਆ ਹੈ, ਉਧਰੋਂ ਯਦੁੱਲਾ ਵਾਲਾ ਹੱਥ ਵਧਿਆ। ਅੱਲਾਹ ਅਕਬਰ। ਤਮਾਸ਼ਾ ਲੱਗਾ ਹੈ। ਅਬੂ ਜਹਿਲ ਜ਼ਮੀਨ ਤੇ ਡਹਿ ਗਿਆ, ਬੇਹੋਸ਼ ਹੋ ਗਿਆ। ਅਜ਼ੀਜ਼ੋ ਅਕਾਰਬ ਆਏ ਕਰੀਬ, ਉਹਨਾਂ ਚਾਹਿਆ, ਅੱਖ ਲੱਗੇ ਚੰਗਾ ਨਹੀਂ ਹੋਇਆ, ਇਹ ਹਾਸ਼ਮੀਆਂ ਦੇ ਬੱਚੇ ਆਉਂਦੇ ਨਾਲ ਹੀ ਸਾਡੇ ਸਰਦਾਰ ਤੇ ਹਮਲਾ ਕੀਤਾ, ਸਾਡੇ ਸਰਦਾਰ ਨੂੰ ਮਾਰਿਆ ਹੈ, ਇਹਨਾਂ ਹੰਗਾਮੀ ਮੀਟਿੰਗ ਬੁਲਾ ਲਈ ਜੀ। ਇਹ ਚੰਗੀ ਗੱਲ ਨਹੀਂ, ਹਾਸ਼ਮੀਆਂ ਦੇ ਬੱਚੇ ਨੇ ਅੱਜ ਹੱਥ ਚੁੱਕਿਆ ਹੈ, ਅੱਜ ਅਬੂ ਜਹਿਲ ਤੇ ਚੁੱਕਿਆ ਹੈ, ਕੱਲ ਸਾਡੇ ਚੋਂ ਕਿਸੇ ਦੀ ਵਾਰੀ ਹੈ। ਗੱਲ ਠੀਕ ਨਹੀਂ। ਇਹ ਗੱਲ ਸੁਣ ਕੇ ਇੱਕ ਬੰਦਾ ਉੱਠਿਆ, ਜਵਾਨ ਜਵਾਨੀ ਦੇ ਜੋਸ਼ ਚ ਉੱਠਿਆ ਨਾ, ਜਿਹੜੇ ਨੇ ਬੰਦਿਆਂ ਪੁੱਛਿਆ ਕਿੱਧਰ, ਕਹਿੰਦਾ ਜੇ ਇਹ ਗੱਲ ਏ ਤੇ ਇਸ ਬੱਚੇ ਨੂੰ ਮੈਂ ਕਤਲ ਕਰਨਾ, ਮੈਂ ਕਤਲ ਕਰਨਾ। ਉਹ ਉੱਠ ਕੇ ਤੁਰਨ ਲੱਗਾ, ਇਸ ਦਾ ਬਾਪ ਵੀ ਇਸ ਮਹਿਫਲ ਵਿੱਚ ਮੌਜੂਦ। ਜਿਹੜੇ ਨੇ ਵੇਖਿਆ ਨਾ ਵੀ ਪੁੱਤਰ ਜਾ ਰਿਹਾ ਹੈ, ਇਹ ਅੱਗੇ ਵਧਿਆ, ਸੀਨੇ ਤੇ ਹੱਥ ਰੱਖ ਕੇ ਅੱਖ ਲੱਗਾ ਕਿੱਧਰ, ਹਾਂ ਹਾਂ ਜੀ, ਬੱਚੇ ਨੂੰ ਮਾਰਨ, ਬੱਚੇ ਨੂੰ ਕਤਲ ਕਰਨ। ਬਾਪ ਨੇ ਪਿਓ ਦੇ ਪਾਸੇ ਵੇਖ ਕੇ ਅੱਖ ਲੱਗਾ, ਤੈਨੂੰ ਅਜੇ ਵੀ ਸਮਝ ਨਹੀਂ ਆਈ, ਤੈਨੂੰ ਅਜੇ ਵੀ ਸਮਝ ਨਹੀਂ ਆਈ, ਸ਼ੇਰਾਂ ਨਾਲ ਮੱਥਾ ਲਾਉਣਾ ਕਿੱਥੋਂ ਦੀ ਤਨਾਈ ਏ,
अजे भी नदाना तैनू समझ ना आई शेरा नाल मत्था लाना कितों दी तनाई अजे भी नदाना तैनू समझ ना आई अबू जहल ते सारा चूरो चूर हो गया मौला अली दाहे काबे च ज़हूर हो गया सारे पढ़ो सलवात उन्हें एक सप पालिया हुआ जशन भी है ते दरसे आले ना थे मतलब जी आके कुछ लैके टुर गया उन्हें सब पालिया होया हरामी ते हलाली की पहचान जिस बच्चे नूं शाह जी वह डंग मार लैंदा आंदे ए हरामी जिहड़ा बच जांदा जिहनूं ना मारदा आंदे ए हलाली जी उन्हें सप सटिया बीबी फातिमा बीते असद घारे च मौजूद सापों का वेख के औरतां दौड़ियां भी सप आ रहा है नाले आवाज दे कहिंदे बीबी बाजा सप पिया हुंदा ही बीबी फरमाया तुसी ते भज सकदियां जे तुसी ते भज गईयां जे लेकिन मेरी मजबूरी है मैं भज नहीं सकती मैं ते हैदरे करार दी भी मां वां तू चुप रहे तेरी अपनी मर्जी है जी मैं ते हैदरे करार दी मां वां अल्लाह अकबर मैं नहीं भज सकती सप आया करीब हुन मुल्क पाकिस्तान दा रवाज है पींगा रखा जांदा जमीन ते उस वेले मुल्क अरब दा रवाज है पींगा लटकाया जांदा छत नाल जी पींगा है जमीन तो बुलंद है जेड़ा पींगे दे बेचे ओहे कायनात नालों बुलंद है अल्लाह अकबर जी अली उस बुलंदी दा नाम है जिसके बाद बुलंदी होवे कोई ना अल्लाह अकबर इस सप आया इस अरादा किया मैं बच्चे नु वेखा इस सिर च आया है गैरत अलवी ने बर्दाश्त नहीं किया अल्लाह अकबर इंजे उंगली दा इशारा सिर तो लैके कुशल तक दो हिस्से हम वजन रत्ती बल भी फर्क नहीं मैं ना इस कदर तोल के चीरा है अली ने अजदर अल्लाह अकबर इस कदर तोल के चीरा है अली ने अजदर कोई चाहे भी तो तरमीम नहीं कर सकता अल्लाह अकबर कोई चाहे भी तो तरमीम नहीं कर सकता और फैसला हो गया जन्नत हो या हौज़े कौसर इससे बेहतर कोई तकसीम नहीं कर सकता शुक्रिया मेहरबानी जेड़े ने सप मर गया उन्हें मोड़े ते चाया आगे सरकार दे करीब या रसूल अल्लाह चंगा नहीं होया तुहाडे बच्चे आउंदे नाल ही पहले साडा बुढ़ा फटर कीता है हुण ये हरामी ते हलाली वाली कसवटी तोड़ दिती तराजू तोड़ दिता है सप मार दिता है सरकार फरमाया सप आखर सप उस कितनी देर जिंदा रहना 100 साल 150 साल फिर मर जाना ते जदों मर जावे फिर क्या करो फिर हलाली ते हरामी दी पहचान किवें करो सरकार फरमाया आओ मैं तुहानू क्यामत तक वास्ते हलाली ते हरामी दी पहचान दी कसवटी देना ओए होए होए जी बहुत मेहरबानी कसवटी देना सरकार फरमाया जिस मेरे वीर ने इस सप नू मारिया ना उहदा नाम चाया करो उहदा नाम सुन के जिहदा चेहरा गुलाब दे फुल तरह खिल जाए अल्लाह अकबर समझो हलाली है जिदा चेहरा गुलाब दे फुल तरह खिल जाए समझो हलाली है
और जिदे बथे ते त्रै वट पै जान समझो कच्चा कच्चा टीट हरामी जी पक्का टीट हरामी है। सरकार फरमाया मेरे वीर का नाम चाया करो हरामी ते हलाली की पहचान हो जाए। फिर सरकार सोचिया भी ओ अली हमला किया सप ते यकीनन सप भी हमला किया होना कोई नुकसान ना होया हो। सरकारे कायनात दौड़ते दौड़ते पींगे दे कोल आए जेड़े ने पींगे ते वेख्या सरकारे अली अलैहि सलाम मुस्कुरा रहे शुक्रिया जी इंजे पींगे दी डोरी फड़ के सरकारे मुहम्मद मुस्तफा भी मुस्कुरा रहे ने नाले सरकारे अली दे पासे वेख रहे ने। सरकारे अली अलैहि सलाम फरमाया या रसूल अल्लाह मेरे पासे देंदे भी पे हो मुस्कुरा भी रहे हो इस मुस्कुराहट की वजह सरकार फरमाया दसा इस मुस्कुराहट की वजह मौला फरमाओ सरकारे कायनात सरकारे अली अलैहि सलाम दे नाल मुखातब हो के आवाज दे के आंदे घर घर पै गईयां ने तेरिया कहानियां खुश कर छटे आई दिलां दे आ जानियां घर घर पै गईयां ने तेरिया कहानियां खुश कर छटे आई दिला दे आ जानिया तेरे आया मेरा हर दुख दूर हो गया मौला अली दाहे काबे च जहूर हो गया मौला अली दाहे काबे च जहूर हो गया। उची पढ़ो सलवात एक सलवात होर फरमाओ नारा उची सुनाउणा है जशन आला क्योंकि कसीदा ही मैं जशन आला शुरू कर बोल के अली अली बोल के चुप नहीं रहना बोलन बोल के बोल के अली अली बोल के अली अली बोल के की करनी करनी गाजी दे बापे दा जशन मना मनाए बोल के अली अली बोल के हैदरी खुल्द बहारा
کل حب دا ہوگی یہ مطلب ہے کہ سیدھے کا مزہ نہیں آ رہا ہے نا پر اچھی پڑھو ہاں سلوات میں کوشش کرا رہا کوشش تو میں کرنی ہوں کہ پورا پورے بولو آتمی آت علی مولا آتمی آت علی مولا آ من جا تم من لے آ من لے تم من لے ایتھے عالم سارا جھکدا اے سخی لال کلندر روک دے یا تم آخ علی مولا حیدری آتمی آخ علی مولا سلوات مشورہ جب لے نام علی دی مالا جب سب تو آلہ اندار رتبہ سب تو آلہ اندار پتر ہے علما بالا آدمی آت علی ارے شاہ شمس نے شمس ولایا شاہ شمس نے شمس ولایا دم دم نل ورد پکایا دم دم نل ورد پکایا سارے نبیاں نارا لایا آ تمی آخ علی مولا آ تمی آخ علی مولا شائے سب علی شیر سونے رب مشکل کشائے سب جنوں چہرہ ملیا رب دا آ تمی آخ علی مولا آ تمی آخ علی مولا سلوات غور فرماؤ اللہم
ایک سلوار بول بلا لے اے اگوں جانے یا اے
شاعری اگوں جانی جائری سلوات ایک سلوات بول چونکہ جشن ہے میں سمجھنا وا کوئی میری ہی غلطی ہے جڑا جشن منایا نہیں جا رہا کیوں جی گل ہاتھ کی جی وہ کر لینی چاہیے تو ہوں مہربانی کرنی ہے اگر اگلا قصیدہ جشن والا ہوے تو پھر تھی نال منا جی اچھی پڑھو ہاں سلوار والا خوش ہو نا جپ ایلی جپ پاوے پاوے کوئی کھپ جپ ایلی جپ پاوے پاوے کوئی کھپ جپ ایلی جپ پاوے پاوے کوئی کھپ جیڑا کھپ دے کھپائی رکھنا ہے جشن منائی رکھنا ہے جپ ایلی جپ پاوے پاوے کوئی کھپ جپ ایلی جپ پاوے پاوے کوئی کھپ جیڑا کھپ دے کھپائی رکھنا ہے جشن منائی رکھنا ہے سلوات نہیں بندے سلوات تو تھوڑے ہیں چنگا کسی کا ہوتا اچھی سلوات پڑھنی پڑے مار لو مار لو شکریہ بندہ رب سونے کو پیارا ہے جڑے جڑے بندے دی زبان اتے نارا چنگا لگدا نہیں جے کو ایلی والے نہیں ہو چنگا لگدا نہیں جے کو ایلی والے نہیں ہو کو چنگا لگدا نہیں جے ایلی والے نہیں ہو کوٹی کا نارے والا لائی رکھنا ہے جیو جشن منائی رکھنا ہے جپ ایلی جپ پاوے پاوے کوئی کھپ جپ ایلی جپ پاوے پاوے کوئی کھپ جیڑا کھپ دے کھپائی رکھنا ہے تے جشن منائی رکھنا ہے دسیا رسول بڑی گل بڑی گل حق دیا گلا بحث فضول حق دسیا رسول چھڈ کوڑے ہاں سنگ بن بن کے ملنگ چھڈ کوڑے ہاں سنگ بن بن کے ملنگ چھڈ کوڑے ہاں سنگ بن بن کے ملنگ دب رگڑا چڑائی رکھنا ہے تے جشن منائی رکھنا ہے جپ ایلی ایلی جپ پاوے پاوے کوئی کھپ جیڑا کھپ دے کھپائی رکھنا ہے تے جشن منائی رکھنا ہے سلوات نارا سوال
ਫੋਰਨ ਨਹਿਰਾਂ ਵਿੱਚੋਂ ਮਿਲ ਸੀ ਆਪ ਕਿਨਾਰਾ ਮਾਰ ਲਈ ਮੇਰਾ
سمرے ہے میں دعا ہوں تو پھر اثر ہے علی دین سرور کا بر ہے صلوات فرش ہو بر یا بحر فرش ہو عرش ہو کہ بر یا بحر جنگ ہو ام ہو سفر یا حجر زندگی سفر ہے علی میرا ہمدرد ہو سفر ہے علی میں ہوں مرسل اول الامر ہے علی دین سرور کا خبر روایت کرتا ہے میں حج دے پاسے جا رہا ہوں میری ایک نورانی شکل والے جوان تے لگ پئی سامنے ایک ضعیف دی آمد ہوئی سر دے بال چٹے داڑی دے بال چٹے سفید لباس وچ مبلوس اس آ کے جوان دا سلام کیتا صرف سلام نہیں کیتا ہاتھ چومے گفتگو کیتی پھر گفتگو تو بعد اجازت لے کے ٹورے نے میں ٹر جا انہاں فرمایا ٹر جا اے آدھا میرے دل دی حیرت بدی میں اس جوان دے کول آیا میں آخیا تساں جوان ہو وہ ضعیف ہیں ہاتھ تہاڈا بنتا انہاں نوں سلام کرن دا الٹا انہوں نے توانو سلام کیتا ہے صرف سلام نہیں کیتا ہاتھ چومے پھر گفتگو کر کے اجازت منگی اجازت لے کے ٹورے نے اے فرماؤ تسی کون ہو وہ کون ہو اللہ اکبر انہاں فرمایا اندے کولو پوچھ اس ضعیف بندے کولو پوچھ وہ میں ٹریا میری اس ضعیف بندے دے نال ملاقات ہو گئی میں سلام کیتا پھر وہ سوال کیتا تسی بزرگ ہو وہ جوان ہیں حق انہاں دا بندہ تانوں سلام کرن دا الٹا
ਤੁਸੀਂ ਉਹਨਾਂ ਨੂੰ ਸਲਾਮ ਕੀਤਾ ਹੈ, ਨਾ ਸਿਰਫ ਸਲਾਮ ਕੀਤਾ ਹੈ ਬਲਕਿ ਹੱਥ ਚੁੰਮੇ ਨੇ, ਫਿਰ ਇਜਾਜ਼ਤ ਲੈ ਕੇ ਤੁਰੇ ਹੋ। ਇਹ ਫਰਮਾਓ ਤੁਸੀਂ ਕੌਣ ਹੋ, ਉਹ ਕੌਣ ਹੈ? ਉਹਨਾਂ ਫਰਮਾਇਆ, ਗੌਰ ਨਾਲ ਸੁਣ, ਮੈਂ ਅੱਲਾਹ ਦਾ ਨਬੀ ਖਿਜ਼ਰ ਹਾਂ, ਉਹ ਹੁਸੈਨ ਦਾ ਪੁੱਤਰ ਸਜਾਦ ਹੈ। ਅੱਲਾਹ ਅਕਬਰ, ਤੇਰੀ ਚੁੱਪ ਤੋਂ ਸਦਕੇ, ਮੈਂ ਅੱਲਾਹ ਦਾ ਨਬੀ ਖਿਜ਼ਰ ਹਾਂ, ਉਹ ਹੁਸੈਨ ਦਾ ਪੁੱਤਰ ਸਜਾਦ ਹੈ। ਆਂਦਾ ਮਨਿੰਦਾ, ਉਹ ਇਮਾਮ ਹੈ, ਇਮਾਮ ਇਬਨੇ ਇਮਾਮ ਹੈ, ਮਾਸੂਮ ਹੈ, ਮਗਰ ਜਵਾਨ ਤੇ ਹੈ ਨਾ, ਹੱਕ ਫਿਰ ਵੀ ਉਹਨਾਂ ਦਾ ਬਣਦਾ ਤੁਹਾਨੂੰ ਸਲਾਮ ਕਰਨ ਦਾ। ਜਿਹੜੇ ਦੋ ਤਰੇ ਮਰਤਬਾ ਸਲਾਮ ਵਾਲੀ ਗੱਲ ਦੁਹਰਾਈ, ਜਨਾਬੇ ਖਿਜ਼ਰ ਇਸ ਦੇ ਨਾਲ ਮੁਖਾਤਬ ਹੋ ਕੇ ਆਵਾਜ਼ ਦੇ ਕਹਿੰਦੇ ਨੇ, ਤੂੰ ਸਲਾਮਾਂ ਦੀਆਂ ਗੱਲਾਂ ਪਿਆ ਕਰਨਾ, ਤੂੰ ਸਲਾਮਾਂ ਦੀਆਂ ਗੱਲਾਂ ਪਿਆ ਕਰਨਾ। ਲੋਆ ਰਾਜ਼ ਕੀ ਇੱਕ ਬਾਤ ਮੈਂ ਬਤਾਉਂ ਤੁਮੇ, ਇਨੀ ਕੇ ਸਦਕੇ ਨਬੂਵਤ ਅਤਾ ਹੋਈ ਹੈ ਹਮੇ। ਸ਼ੁਕਰੀਆ। ਇੱਕ ਬਾਤ ਮੈਂ ਬਤਾਉਂ ਤੁਮੇ, ਇਨੀ ਕੇ ਸਦਕੇ ਨਬੂਵਤ ਅਤਾ ਹੋਈ ਹੈ ਹਮੇ, ਅਤਾ ਹੋਈ ਹੈ ਹਮੇ, ਇਸ ਲਈ ਹਮ ਕੋ ਆਨਾ ਹੀ ਪੜਤਾ ਹੈ, ਇਸ ਲਈ ਹਮ ਕੋ ਆਨਾ ਹੀ ਪੜਤਾ ਹੈ, ਇਨਕੇ ਦਰਬਾਰ ਮੇ ਹਾਜ਼ਰੀ ਕੇ ਪੜਤਾ ਹੈ ਯਾ, ਇਨਕੇ ਦਰਬਾਰ ਮੇ ਹਾਜ਼ਰੀ ਕੇ ਲੀਏ ਜਿੰਨੋ ਬਹੁਤ ਸ਼ੁਕਰੀਆ। ਇਹ ਜੰਗੇ ਖੰਦਕ ਚ ਜਿਹੜੇ ਬੰਦੇ ਦੌੜੇ ਨੇ, ਤੇ ਸ਼ਾਹ ਜੀ ਇੱਕ ਬੰਦਾ ਏਡੀ ਸਪੀਡ ਨਾਲ ਦੌੜਿਆ, ਉਹਨੂੰ ਇਹ ਪਤਾ ਹੀ ਨਹੀਂ ਲੱਗਾ ਵੀ ਇਹ ਮੇਰਾ ਆਪਣਾ ਦਰਵਾਜ਼ਾ ਹੈ। ਬੂਹੇ 'ਚ ਦੌੜਿਆ, ਇੰਤਜ਼ਾਰ ਕਰਦੀ ਪਈ। ਜਿਹੜੇ ਨੇ ਸਪੀਡ ਨਾਲ ਦੌੜਿਆ ਤੇ ਸੱਤਵੇਂ ਦਰਵਾਜ਼ੇ ਤੇ ਜਾ ਕੇ ਪਤਾ ਲੱਗਾ ਸੀ ਜ਼ੌਜਾ ਦੇ ਅੰਦਰ ਪਈ ਸੀ। ਉੱਚੀ ਆਵਾਜ਼ ਨਾਲ ਆਉਂਦਾ, ਮਾਂ ਮੇਰੀਏ ਅੰਦਰ ਟੁਰ ਜਾ, ਫੌਜਾਂ ਚੜਾਈਆਂ ਆਈਆਂ। ਅੱਲਾਹ ਅਕਬਰ, ਬਹੁਤ ਮਿਹਰਬਾਨੀ ਕੀ। ਜਿਹੜੇ ਨੇ ਸੱਤਵੇਂ ਦਰਵਾਜ਼ੇ ਤੇ ਗਿਆ ਤੇ ਉਸ ਆਵਾਜ਼ ਦਿੱਤੀ ਨੇ, ਰੁਕਿਆ ਰੁਕ ਕੇ ਵਾਪਸ ਆਇਆ, ਜ਼ੌਜਾ ਦੇ ਤੇਵਰ ਬਦਲੇ, ਚਾਰ ਪਾਈ ਤੇ ਬਿਠਾ ਕੇ, ਮੇਰਾ ਸਰਦਾਰ ਤੂੰ ਤੇ ਆਉਂਦਾ ਰਿਹਾ, ਮੈਂ ਫਲਾਣੀ ਜੰਗ ਚ ਬੜਾ ਮਾਰਤਾ, ਮੈਂ ਫਲਾਣੀ ਜੰਗ ਚ ਬੜਾ, ਇਹ ਫਲਾਣੀ ਜੰਗ ਚ ਅੱਜ ਤੇਰੀ ਦੌੜ ਦੀ ਸਮਝ ਨਹੀਂ ਆਉਂਦੀ। ਉਸ ਵੇਲੇ ਖਾਮਦ ਨਾਲ ਮੁਖਾਤਬ ਹੋ ਕੇ ਬੀਵੀ ਵੀ ਆਉਂਦੀ ਹੈ, ਬਹੁਤ ਸੁਣਾ ਬਹਾਦਰੀ ਕੇ ਮੁਝੇ ਬੜਾ ਗੁਮੰਡ ਤਾ ਪੰਨੇ ਸਿਪਾਹੀ ਪੇ ਤੁਝੇ, ਬਹੁਤ ਸੁਣਾਤੇ ਥੇ ਇਸੇ ਬਹਾਦਰੀ ਕੇ ਮੁਝੇ ਬੜਾ ਗੁਮੰਡ ਤਾ ਪੰਨੇ ਸਿਪਾਹੀ ਪੇ ਤੁਝੇ, ਸਿਪਾਹੀ ਪੇ ਤੁਝੇ। ਪੂਰਿਆਂ ਬੰਦਾ ਮਜ਼ਾ ਨਹੀਂ ਲਿਆ, ਗੱਲ ਯਾਦ ਆ ਗਈ। ਇੱਕ ਚੀੜਾ ਤੇ ਚਿੜੀ ਉਹ ਸ਼ਾਖ ਤੇ ਬੈਠੇ ਤੇ ਜਨਾਬੇ ਸੁਲੇਮਾਨ ਦਾ ਤਖ਼ਤ ਗੁਜ਼ਰ ਰਿਹਾ। ਚਿੜਾ ਆਖਣ ਲੱਗਾ, ਚਿੜੀਏ ਜੇ ਆਖੇ
ਤੇ ਪਰ ਮਾਰ ਕੇ ਇਹ ਸੁਲੇਮਾਨ ਦਾ ਤਖ਼ਤ ਨਾ ਸੱਟ ਦਿੱਤਾ। ਹਾਏ ਹਾਏ ਤੇਰੇ ਬੱਚਿਆਂ ਦੇ ਜੀ ਸੁਲੇਮਾਨ ਦਾ ਤਖ਼ਤ ਚਿੜੀ ਆਖਣ ਲੱਗੀ ਨਹੀਂ ਵਿਚਾਰਾ ਜਾਣ ਲਿਆ ਇਹਨੂੰ ਜਾਣਦੇ ਜ਼ਰੂਰ ਉਹਦਾ ਤਖ਼ਤ ਸਿੱਖਦਾ। ਜਨਾਬੇ ਸੁਲੇਮਾਨ ਨੇ ਗੱਲ ਸੁਣੀ ਕਿ ਵੀ ਚਿੜਾ ਪਿਆਂਦਾ ਹੈ ਕਿ ਮੈਂ ਪਰ ਮਾਰ ਕੇ ਤਖ਼ਤ ਸੁੱਟ ਦੇਵਾਂ। ਸਰਕਾਰ ਨੇ ਚਿੜੇ ਨੂੰ ਹਾਜ਼ਰ ਕੀਤਾ ਆਪਣੇ ਹੱਥ ਤੇ ਰੱਖ ਕੇ। ਸਰਕਾਰ ਫਰਮਾਇਆ ਕਿਉਂ ਬਈ ਬੜਾ ਮਾਣ ਹੈ ਤੈਨੂੰ ਆਪਣੇ ਪਰਾਂ ਤੇ, ਹੈਂ ਤੂੰ ਪਰ ਮਾਰ ਕੇ ਤੇ ਸਾਡਾ ਤਖ਼ਤ ਸੱਟ ਦੇਣਾ। ਕਹਿੰਦਾ ਮੌਲਾ ਆਪ ਇਨਸਾਫ਼ ਕਰੋ, ਭਲਾ ਮੇਰਾ ਪਰ ਤੁਹਾਡਾ ਤਖ਼ਤ ਸੁੱਟ ਸਕਦਾ ਜੀ? ਕਜਾ ਮੇਰਾ ਪਰ ਕਜਾ ਤੁਹਾਡਾ ਤਖ਼ਤ, ਇਹ ਕਿਵੇਂ ਹੋ ਸਕਦਾ ਹੈ? ਸਰਕਾਰ ਫਰਮਾਇਆ ਤੇ ਉੱਥੇ ਸ਼ਾਖ ਤੇ ਬੈਠ ਕੇ ਕੀ ਧਿਆਨ ਕਿ ਵੀ ਮੈਂ ਪਰ ਮਾਰ ਕੇ ਤਖ਼ਤ ਸੱਟ ਦੇਵਾਂ। ਹੱਸ ਕੇ ਆਖਣ ਲੱਗਾ ਮੌਲਾ ਤੁਸੀਂ ਵੀ ਪਿਆਰ ਕਰਦੇ ਹੋ, ਹੁਣ ਬੰਦਾ ਸਵਾਨੀਆਂ ਦੇ ਕੋਲ ਬਹਿ ਕੇ ਵੀ ਤੇਰਾ ਨਾਮ ਆਏ। ਸ਼ੁਕਰੀਆ ਬਹੁਤ ਸੁਣਾ ਦਿੱਤੇ ਕਿਸੇ ਬਹਾਦਰੀ ਕੇ ਮੁਠੇ, ਬੜਾ ਘੁਮੰਡ ਥਾ ਪੰਨੇ ਸਿਪਾਹੀ ਪੇ ਤੁਝੇ, ਸਿਪਾਹੀ ਪੇ ਤੁਝੇ ਆਪਣੀ ਦੋ ਜਾ ਕੁਮਾ ਕਹਿ ਰਹੇ ਹੋ ਸਨਮ, ਆਪਣੀ ਦੋ ਸ਼ਰਮ ਚਾਹੀਏ ਆਦਮੀ ਕੇ ਲੀਏ। ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਇੱਕ ਪਤੀ ਗਈਆਂ ਦਾ ਸ਼ੇਰ ਹੈਗਾ ਜੀ। ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਸਰਕਾਰੀ ਮੁਹੰਮਦ ਮੁਸਤਫਾ ਗਾਰੇ ਚ ਆ ਗਏ, ਸਾਰੇ ਕਿੱਸਾ ਜਾਣਦੇ ਹੋ। ਅੱਗੇ ਉਹ ਜਾਲਾ ਤਣਿਆ ਗਿਆ, ਆਂਡੇ ਦੇ ਦਿੱਤੇ ਸਾਥੀ ਇੱਕ ਨਾਲ ਜੀ, ਜਿਹੜੇ ਨੇ ਥੋੜੀ ਦੇਰ ਬਾਅਦ ਉਸ ਰੋਣਾ ਸ਼ੁਰੂ ਕੀਤਾ, ਜਿਹੜੇ ਨੇ ਸ਼ਾਹੀ ਰੋਣਾ ਹੈ ਨਾ ਜੀ। ਤੇ ਸਰਕਾਰ ਮੈਂ ਰੋਦਾ ਕਿਉਂ ਹੈ? ਕਹਿੰਦਾ ਮੌਲਾ ਸੱਪ ਨੇ ਡਰ ਮੌਲਾ ਸੱਪ ਨੇ ਡਰ ਲਿਆ, ਸੱਪ ਨੇ ਸਰਕਾਰ ਫਰਮਾਇਆ ਇਹਨੂੰ ਕੱਢਿਆ ਮੌਲਾ ਕੱਢਿਆ। ਸਰਕਾਰ ਫਰਮਾਇਆ ਕਿਉਂ? ਕਹਿੰਦਾ ਮੌਲਾ ਤੁਸੀਂ ਪਰੇਸ਼ਾਨ ਨਾ ਹੋ, ਸੱਪ ਨੂੰ ਸੱਪ ਲੜੇ ਤੇ ਵਿਸ ਕਿਹਨੂੰ ਚੜੇ। ਬਹੁਤ ਬਹੁਤ ਮਿਹਰਬਾਨੀ, ਮੈਂ ਅਗਲਾ ਜੁਮਲਾ ਆਖਣ ਲੱਗਾ। ਸਰਕਾਰ ਫਰਮਾਇਆ ਤੂੰ ਤੇ ਸੱਪ ਹੈ, ਇਹ ਕਿਵੇਂ ਸੱਪ ਹੈ? ਆਖਣ ਲੱਗਾ ਮੌਲਾ ਮੈਂ ਜੰਗਲ ਦਾ ਸੱਪ ਹਾਂ, ਇਹ ਤੁਹਾਡੀ ਆਸਤੀਨ ਦਾ ਸੱਪ ਹੈ। ਅੱਲਾਹ ਅਕਬਰ। ਮੌਲਾ ਸਰਕਾਰ ਫਰਮਾਇਆ ਕੱਟਿਆ ਕਿਉਂ ਹੈ? ਇਸ ਨੂੰ ਕੱਟਿਆ ਕਿਉਂ ਹੈ? ਜਿਹੜੇ ਨੇ ਆਖਿਆ ਇਸ ਨੂੰ ਕੱਟਿਆ ਕਿਉਂ ਹੈ? ਉਸ ਵੇਲੇ ਸੱਪ ਮੁਖਾਤਬ ਹੋ ਕੇ ਆਵਾਜ਼ ਦੇ ਕੇ ਆਉਂਦਾ ਇੱਕ ਉੱਚੀ ਸਲਵਾਰ ਪਾ। ਨਾ ਮੁਝਸੇ ਦੇਖਾ ਗਿਆ ਆਪਕਾ ਰਕੀਬ ਯਹਾਂ, ਜੋ ਜ਼ਹਿਰ ਇਸ ਮੇ ਹੈ ਮੁਝਕੋ ਬਲਾ ਨਸੀਬ ਕਹਾਂ, ਮੁਝੇ ਨਸੀਬ ਕਹਾਂ ਇਸ ਚੁਗਲ ਖੋਰ ਸੇ ਬਚ ਬਚਾ ਕੇ ਰਹੇ, ਇਸ ਚੁਗਲ ਖੋਰ ਸੇ ਬਚ ਬਚਾ ਸਾਥ ਆਇਆ ਹੈ ਯੇ ਮੁਖਬਰੀ ਕੇ ਲੀਏ। ਬਹੁਤ ਮਿਹਰਬਾਨੀ। ਨਾਰਾ
ਬਦਲਾ ਤੋਂ ਮਿੰਬਰ ਸਾਵਨਾ ਬਦਲਾ ਤੋਂ ਮਿੰਬਰ ਸਾਵਨਾ ਬੀਜਾ ਤੋਂ ਫਸਲ ਉਗਾਵਨਾ ਬੀਜਾ ਤੋਂ ਫਸਲ ਨਹਿਜਲ ਬੁਲਾਗਾ ਪਿਆ ਪੜਨਾ ਬੀਜਾ ਤੋਂ ਫਸਲ ਉਗਾਵਨਾ ਬੀਜਾ ਤੋਂ ਫਸਲ ਉਗਾਵਨਾ ਦੁਨੀਆ ਤੋਂ ਰਿਜ਼ਕ ਪਚਾਵਨਾ ਦੁਨੀਆ ਤੋਂ ਰਿਜ਼ਕ ਪਚਾਵਨਾ ਸ਼ਿਕਮਾ ਵਿੱਚ ਸ਼ਕਲਾ ਬਣਾਵਨਾ ਮੇਰੇ ਪੀਰ ਦਾ ਕੰਮ ਦਰੂਦ ਪੜ੍ਹੀਏਗਾ ਬਾਬਾ ਜੀ ਜਿਤਨੇ ਮੋਮਿਨੀਨ ਬਾਹਰ ਖੜੇ ਹੈ ਔਰ ਘਰ ਸੇ ਇਬਾਦਤ ਕੀ ਘਰ ਸੇ ਆਏ ਹੈ ਜਸ਼ਨ ਮਨਾਨੇ ਆਏ ਹੈ ਉਨਸੇ ਇਲਤਮਾਸ ਹੈ ਕਿ ਅੰਦਰ ਇਮਾਮ ਬਾਰਕਾ ਮੇਂ ਤਸ਼ਰੀਫ ਲੈ ਆਏ ਦਰੂਦ ਪੜ੍ਹੀਏਗਾ ਬਾਬਾ ਜੀ ਬੁਲੰਦਰ ਸਲਾਵਾਤ ਨੁਸੈਰੀ ਔਰ ਮੈਂ ਦੋਨੋਂ ਅਲੀ ਸੇ ਇਸ਼ਕ ਕਰਤੇ ਹੈ ਨੁਸੈਰੀ ਔਰ ਮੈਂ ਦੋਨੋਂ ਅਲੀ ਸੇ ਇਸ਼ਕ ਕਰਤੇ ਹੈ ਅਲੀ ਕਿਆ ਹੈ ਪਤਾ ਦੋਨੋਂ ਕੋ ਹੀ ਵੱਲਾ ਨਹੀਂ ਲਗਤਾ ਨੁਸੈਰੀ ਔਰ ਮੈਂ ਦੋਨੋਂ ਅਲੀ ਸੇ ਇਸ਼ਕ ਕਰਤੇ ਹੈ ਅਲੀ ਕਿਆ ਹੈ ਪਤਾ ਦੋਨੋਂ ਕੋ ਹੀ ਵੱਲਾ ਨਹੀਂ ਲਗਤਾ ਅਲੀ ਇਨਸਾਨ ਔਰ ਯਜ਼ਦਾਨ ਕੇ ਮਾਬੈਨ ਹੀ ਕੁਛ ਹੈ ਉਸੇ ਬੰਦਾ ਨਹੀਂ ਲਗਤਾ ਮੁਝੇ ਅੱਲਾ ਨਹੀਂ ਲਗਤਾ ਮੈਂ ਮੁਲਤਮਿਸ ਹੂੰ ਬਿਹਤਰੀਨ ਮਨਕਬਤ ਖਾਂ ਜਨਾਬ ਮੀਰ ਇਰਫਾਨ ਅਲੀ ਸਾਹਿਬ ਸੇ ਵੋ ਤਸ਼ਰੀਫ ਲਾਏ ਔਰ ਤਸਬੀਹ ਮਵੱਦਤ ਕੀ ਤਿਲਾਵਤ ਫਰਮਾਏ ਇਨਕੇ ਬਾਅਦ ਹਰਫ ਆਖਰ ਕੇ ਤੌਰ ਪਰ ਜ਼ਾਕਿਰ